ਗੁਰੂ ਪਿਆਰੇ ਸਤਿਸੰਗ ਜੀ, ਤੁਹਾਨੂੰ ਅੱਜ ਇੱਕ ਐਸੇ ਇਤਿਹਾਸਕ ਗੁਰਦੁਆਰੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਵਿੱਤਰ ਕਦਮ ਪਾਏ ਅਤੇ ਕਦਮ ਨਾਂ ਦੇ ਹੀ ਦਰਖਤ ਹੇਠ ਬੈਠ ਕੇ ਸੰਗਤਾਂ ਦਾ ਉਧਾਰ ਕੀਤਾ। ਇੱਥੋਂ ਦੀਆਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਬਖਸ਼ਿਸ਼ ਕੀਤਾ। ਉਸ ਖੂਹ ਦੇ ਵੀ ਦਰਸ਼ਨ ਕਰਵਾਵਾਂਗੇ ਅਤੇ ਉਸ ਕਦਮ ਦੇ ਪੇੜ ਦੇ ਵੀ ਦਰਸ਼ਨ ਕਰਵਾਵਾਂਗੇ ਜਿੱਥੇ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਅਤੇ ਆਪਣੇ ਹੱਥੀਂ ਇਸ ਜਗ੍ਹਾ 'ਤੇ ਖੂਹ ਦੀ ਸੇਵਾ ਕਰਵਾਈ। ਖੂਹ ਦੀ ਸੇਵਾ ਕਰਾਉਂਦਿਆਂ ਸਾਰ ਹੀ ਇਸ ਸਾਰੇ ਹੀ ਇਲਾਕੇ ਦਾ ਖਾਰਾ ਜਲ ਮਿੱਠਾ ਹੋ ਗਿਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋ ਗਈ ਇਸ ਇਲਾਕੇ 'ਤੇ। ਕਿਹੜਾ ਇਹ ਇਲਾਕਾ ਹੈ, ਆਓ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ। ਸ਼ਹਿਰ ਇੰਦੌਰ ਤੋਂ ਤਕਰੀਬਨ 300 ਕਿਲੋਮੀਟਰ ਦੀ ਦੂਰੀ 'ਤੇ ਹਜ਼ੂਰ ਸਾਹਿਬ ਵੱਲ ਨੂੰ ਜਾਂਦਿਆਂ ਹੋਇਆਂ ਇਹ ਪਵਿੱਤਰ ਸਥਾਨ ਹੈ। ਬਹਾਰਨਪੁਰ ਤੋਂ ਤਕਰੀਬਨ 65 ਕਿਲੋਮੀਟਰ ਦੀ ਵਿੱਥ 'ਤੇ ਸਥਿਤ ਹੈ। ਅਸੀਂ ਪਹੁੰਚੇ ਹਾਂ ਮਹਾਰਾਸ਼ਟਰ ਦੇ ਮਲਕਾਪੁਰ ਵਿੱਚ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਆਪਣੇ ਕਦਮ ਪਾ ਕੇ ਇੱਕ ਕਦਮ ਨਾਂ ਦੇ ਦਰਖਤ ਹੇਠ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀਆਂ ਸਮੂਹ ਸੰਗਤਾਂ ਸਮੇਤ ਇੱਥੋਂ ਦੇ ਰਾਜਾ ਨਿਮਵਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਜਗ੍ਹਾ 'ਤੇ ਆਣ ਬਰਾਜੇ। ਆਓ ਇਸ ਦੇ ਇਤਿਹਾਸ ਨੂੰ ਸਰਵਣ ਕਰਦੇ ਹਾਂ। ਸਾਨੂੰ ਇੰਦੌਰ ਤੋਂ ਗੁਰਦੁਆਰਾ ਸਾਹਿਬ ਵੱਲੋਂ ਇਸ ਜਗ੍ਹਾ ਬਾਰੇ ਦੱਸਿਆ ਗਿਆ ਅਤੇ ਇਸ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਣ ਪਹੁੰਚੇ। ਇੰਦੌਰ ਤੋਂ ਰਸਤੇ ਵਿੱਚ ਸੋਹਣੀਆਂ ਪਹਾੜੀਆਂ ਜੰਗਲ ਪਾਰ ਕਰਦੇ ਹੋਏ ਬਹੁਤ ਸੋਹਣੇ ਅਤੇ ਰੋਮਾਂਚਕ ਸਫ਼ਰ ਨੂੰ ਪਾਰ ਕਰਦੇ ਹੋਏ ਅਸੀਂ ਇੱਥੇ ਆਣ ਪਹੁੰਚੇ। ਸਤਿਸੰਗ ਜੀ, ਇਸ ਦਾ ਇਤਿਹਾਸ ਇਸ ਤਰ੍ਹਾਂ ਦੱਸਿਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਸ ਸਮੇਂ ਬੁਰਹਾਨਪੁਰ ਵਿਖੇ ਡੇਰਾ ਲਾਇਆ ਸੀ ਸਮੂਹ ਸੰਗਤਾਂ ਨੂੰ ਸ਼ੁਭ ਉਪਦੇਸ਼ ਦੇ ਰਹੇ ਸਨ। ਮਲਕਾਪੁਰ ਵਿੱਚ ਉਸ ਸਮੇਂ ਰਾਜਾ ਨਿਮਵਤ ਦਾ ਸ਼ਾਸਨ ਸੀ। ਉਸ ਸਮੇਂ ਉਸ ਦੇ ਰਿਆਸਤ ਦਾ ਪਾਣੀ ਬਹੁਤ ਖਾਰਾ ਹੋਣ ਕਰਕੇ ਉੱਥੋਂ ਦੇ ਲੋਕ ਬਹੁਤ ਸਾਰੇ ਦੁਖੀ ਸਨ। ਜਨਤਾ ਨੇ ਰਾਜਾ ਦੇ ਦਰਬਾਰ ਵਿੱਚ ਆ ਕੇ ਗੁਹਾਰ ਲਗਾਈ, ਬੇਨਤੀ ਕੀਤੀ ਕਿ ਰਾਜਾ ਜੀ ਇਸ ਦਾ ਹੱਲ ਕੀਤਾ ਜਾਵੇ। ਰਾਜਾ ਦੀ ਇੱਕ ਫਕੀਰ 'ਤੇ ਬਹੁਤ ਆਸਥਾ ਸੀ। ਰਾਜਾ ਨੇ ਫਕੀਰ ਦੇ ਦਰਬਾਰ ਵਿੱਚ ਜਾ ਕੇ ਗੁਹਾਰ ਲਗਾਈ, ਬੇਨਤੀ ਕੀਤੀ, ਹੇ ਪੀਰ ਜੀ ਤੁਸੀਂ ਇਸ ਸਮੱਸਿਆ ਦਾ ਹੱਲ ਕਰੋ ਕਿਉਂਕਿ ਇਸ ਇਲਾਕੇ ਦੇ ਲੋਕ ਬਹੁਤ ਦੁਖੀ ਹਨ। ਇਸ ਇਲਾਕੇ ਦਾ ਪੂਰਾ ਪਾਣੀ ਖਾਰਾ ਹੈ, ਲੋਕਾਂ ਦੇ ਪੀਣ ਲਾਇਕ ਨਹੀਂ ਹੈ। ਉਸ ਫਕੀਰ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 'ਤੇ ਬਹੁਤ ਹੀ ਸ਼ਰਧਾ ਸੀ ਅਤੇ ਉਹ ਇਹ ਵੀ ਜਾਣਕਾਰੀ ਰੱਖਦਾ ਸੀ ਕਿ ਉਹਨਾਂ ਦੇ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੁਰਹਾਨਪੁਰ ਵਿਖੇ ਪਧਾਰੇ ਹਨ ਅਤੇ ਉੱਥੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ। ਫਕੀਰ ਨੇ ਰਾਜਾ ਨੂੰ ਕਿਹਾ ਕਿ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਜਾਓ ਅਤੇ ਉਹ ਅੱਲਾ ਦਾ ਹੀ ਰੂਪ ਹਨ ਅਤੇ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਇੱਥੋਂ ਦੇ ਲੋਕਾਂ ਦੀ ਇਸ ਮੁਸ਼ਕਲ ਦਾ ਹੱਲ ਕੀਤਾ ਜਾਵੇ। ਫਕੀਰ ਦੀ ਗੱਲ ਸੁਣ ਕੇ ਇੱਥੋਂ ਦਾ ਰਾਜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਗਿਆ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਸ ਇਲਾਕੇ ਦੀਆਂ ਸੰਗਤਾਂ ਨੂੰ ਇਸ ਮੁਸ਼ਕਲ ਤੋਂ ਛੁਟਕਾਰਾ ਪਾਇਆ ਜਾਵੇ। ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਜਗ੍ਹਾ ਦੇ ਉੱਤੇ ਆ ਕੇ ਚਰਨ ਪਾਏ। ਮਲਕਾਪੁਰ ਦੇ ਰਾਜੇ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਡੇ ਗਰੀਬਾਂ ਦਾ, ਸਾਡੇ ਇਸ ਇਲਾਕੇ ਦੀਆਂ ਸੰਗਤਾਂ ਜੋ ਲੋਕ ਵੱਸ ਰਹੇ ਹਨ ਉਹਨਾਂ ਦੇ ਇਸ ਦੁੱਖ ਨੂੰ ਦੂਰ ਕੀਤਾ ਜਾਏ ਕਿਉਂਕਿ ਸਾਡੇ ਕੋਲ ਪੀਣ ਵਾਸਤੇ ਪਾਣੀ ਬਹੁਤ ਖਾਰਾ ਹੈ
ਔਰ ਸਾਡਾ ਜੀਣਾ ਮੁਸ਼ਕਲ ਹੋਇਆ ਪਿਆ ਹੈ, ਆਪ ਹੀ ਕਿਰਪਾ ਕਰੋ, ਆਪ ਖੁਦ ਨਿਰੰਕਾਰ ਦਾ ਰੂਪ ਹੋ। ਗੁਰੂ ਸਾਹਿਬ ਜੀ ਨੇ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਆਉਣ ਦਾ ਨਿਸ਼ਚਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਜਗ੍ਹਾ 'ਤੇ ਆਏ, ਮਲਕਾਪੁਰ ਵਿਖੇ ਆਉਣ ਦੀ ਖਬਰ ਸੁਣ ਕੇ ਗੁਰੂ ਸਾਹਿਬ ਜੀ ਨੂੰ ਨਿਮੰਤਰਣ ਭੇਜਿਆ ਕਿ ਗੁਰੂ ਸਾਹਿਬ ਜੀ ਸਾਡੇ ਮਹਿਲ ਵਿੱਚ ਆਉਣ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹਨਾਂ ਦਾ ਰਾਜਾ ਜੋ ਹੈ ਉਹ ਇੱਥੇ ਹੀ ਆ ਕੇ ਸੰਗਤ ਦੇ ਦਰਸ਼ਨ ਕਰੇ, ਅਤੇ ਇਸ ਇਲਾਕੇ ਦਾ ਰਾਜਾ ਮੰਤਰੀਆਂ ਸਮੇਤ ਆਪਣੇ ਅਹਿਲਕਾਰਾਂ ਸਮੇਤ ਇਸ ਜਗ੍ਹਾ ਆ ਕੇ ਸੰਗਤ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਨਿਹਾਲ ਨਿਹਾਲ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਜਗ੍ਹਾ 'ਤੇ ਖੂਹ ਪੁੱਟਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਇਸ ਜਗ੍ਹਾ 'ਤੇ ਸੰਗਤਾਂ ਨੇ ਮਿਲ ਕੇ ਇੱਕ ਖੂਹ ਦੀ ਸੇਵਾ ਕੀਤੀ। ਇੱਕ ਖੂਹ ਪੁੱਟਿਆ ਗਿਆ ਜਿਸ ਵਿੱਚੋਂ ਠੰਡਾ ਮਿੱਠਾ ਜਲ ਨਿਕਲਿਆ। ਠੰਡਾ ਅਤੇ ਮਿੱਠਾ ਜਲ ਸਾਰੀਆਂ ਸੰਗਤਾਂ ਵਿੱਚ ਵਰਤਾਇਆ ਗਿਆ ਅਤੇ ਇਸ ਇਲਾਕੇ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਜਿਸ ਦੇ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਚਰਚਾ ਇਸ ਪੂਰੇ ਇਲਾਕੇ ਵਿੱਚ ਫੈਲ ਗਈ। ਇਸ ਇਲਾਕੇ ਦੇ ਲੋਕਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ, ਸ਼ੁਕਰ ਕੀਤਾ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਠੰਡੇ ਮਿੱਠੇ ਜਲ ਦੀ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਦੀ ਇਸ ਅਪਾਰ ਬਖਸ਼ਿਸ਼ ਸਦਕਾ, ਇਸ ਕਿਰਪਾ ਸਦਕਾ ਇਸ ਇਲਾਕੇ ਦਾ ਕਾਫੀ ਹੱਦ ਤੱਕ ਪਾਣੀ ਖੂਹ ਦੇ ਨਿਕਲਣ ਤੋਂ ਉਪਰੰਤ ਮਿੱਠਾ ਹੋ ਗਿਆ ਅਤੇ ਸਾਰੀਆਂ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਣ ਗਾਉਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਉਹ ਪਵਿੱਤਰ ਨਿਸ਼ਾਨੀਆਂ ਅੱਜ ਵੀ ਇਸ ਜਗ੍ਹਾ 'ਤੇ ਮੌਜੂਦ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਪਾਵਨ ਦਰਖਤ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਦਰਖਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਪਾਉਣ ਦੀ ਨਿਸ਼ਾਨੀ ਹੈ। ਇਹ ਕਦਮ ਨਾਂ ਦਾ ਦਰਖਤ ਹੈ ਜੋ ਹੂ ਬਹੂ ਉਸੇ ਤਰ੍ਹਾਂ ਹੀ ਖੜ੍ਹਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਯਾਦ ਕਰਵਾਉਂਦਾ ਹੈ, ਸਮੂਹ ਸੰਗਤਾਂ ਦਰਸ਼ਨ ਕਰਦੀਆਂ ਹਨ। ਆਓ ਸਾਧ ਸੰਗਤ ਜੀ, ਹੁਣ ਤੁਹਾਨੂੰ ਉਸ ਖੂਹ ਦੇ ਦਰਸ਼ਨ ਕਰਵਾਉਂਦੇ ਹਨ ਜਿਸ ਖੂਹ ਦੇ ਕਲਗੀਧਰ ਪਿਤਾ ਨੇ ਅਪਾਰ ਬਖਸ਼ਿਸ਼ ਕਰਕੇ ਇਸ ਇਲਾਕੇ ਨੂੰ ਬਖਸ਼ਿਸ਼ ਕੀਤਾ, ਠੰਡਾ ਮਿੱਠਾ ਜਲ। ਆਪ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋਵੋ ਜੀ। ਇਹ ਇਲਾਕਾ ਪਠਾਰਾਂ ਨਾਲ ਭਰਿਆ ਹੋਇਆ ਹੈ, ਖੇਤੀ ਨਾਮਾਤਰ ਹੀ ਹੁੰਦੀ ਹੈ, ਬਹੁਤ ਹੀ ਪਛੜਿਆ ਇਲਾਕਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਜਗ੍ਹਾ 'ਤੇ ਚਰਨ ਪਾਉਣ ਕਰਕੇ ਇਹ ਇਲਾਕੇ ਦੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਬਣਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਜਗ੍ਹਾ 'ਤੇ ਕੁਛ ਦਿਨ ਠਹਿਰੇ ਅਤੇ ਇਸ ਤੋਂ ਫਿਰ ਬਾਅਦ ਹਜ਼ੂਰ ਸਾਹਿਬ ਵੱਲ ਨੂੰ ਪਿਆਨੇ ਕਰ ਗਏ। ਜਿਸ ਇਤਿਹਾਸਿਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਸਥਾਨ ਦਾ ਨਾਂ ਕਦਮਸਰ ਸਾਹਿਬ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇਹ ਪਵਿੱਤਰ ਨਿਸ਼ਾਨੀ ਕਦਮ ਨਾਂ ਦਾ ਦਰਖਤ ਅੱਜ ਵੀ ਇਸ ਜਗ੍ਹਾ ਮੌਜੂਦ ਹੈ। ਸੰਗਤਾਂ ਜੋ ਵੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ, ਇਸ ਜਗ੍ਹਾ ਦੇ ਦਰਸ਼ਨ ਕਰਦੀਆਂ ਹਨ। ਗੁਰਦੁਆਰੇ ਦੀ ਬਿਲਡਿੰਗ ਉਸਾਰੀ ਅਧੀਨ ਹੈ, ਬਹੁਤ ਸੋਹਣਾ ਗੁਰਦੁਆਰਾ ਬਣ ਰਿਹਾ ਹੈ। ਇਸ ਗੁਰਦੁਆਰੇ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਜੋ ਸੰਗਤਾਂ ਹਜ਼ੂਰ ਸਾਹਿਬ ਵਾਸਤੇ ਦਰਸ਼ਨ ਕਰਨ ਆਉਂਦੀਆਂ ਹਨ, ਉਹ ਇਸ ਜਗ੍ਹਾ 'ਤੇ ਆ ਕੇ ਵਿਸ਼ਰਾਮ ਵੀ ਕਰਦੀਆਂ ਹਨ, ਇੱਥੋਂ ਹੀ ਅੱਗੇ ਚਾਲੇ ਪਾਉਂਦੀਆਂ ਹਨ। ਸਿੱਖ ਇਤਿਹਾਸ ਨੂੰ ਪੜ੍ਹ ਕੇ ਆਪ ਦਰਸ਼ਨ ਕਰਕੇ ਅਤੇ ਆਪ ਸਭ ਨੂੰ ਦਰਸ਼ਨ ਕਰਵਾ ਰਿਹਾ ਹਾਂ। ਦਾਸ ਸਰਵਣ ਸਿੰਘ ਖਾਲਸਾ। ਅਗਰ ਵੀਡੀਓ ਵਧੀਆ ਲੱਗੀ, ਆਪ ਲਾਈਕ ਕਰੋ, ਹੋਰਨਾਂ ਨੂੰ ਵੀ ਦਰਸ਼ਨ ਕਰਾਓ, ਸ਼ੇਅਰ ਕਰੋ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇੱਥੋਂ ਹੀ ਦਰਸ਼ਨ ਕਰਦੇ ਹੋਏ
ਹਜ਼ੂਰ ਸਾਹਿਬ ਵੱਲ ਨੂੰ ਚਾਲੇ ਪਾਵਾਂਗੇ, ਆਪ ਜੀ ਨੂੰ ਫਿਰ ਇਸ ਤੋਂ ਅਗਲੇ ਗੁਰਦੁਆਰੇ ਦਰਸ਼ਨ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।